खेतीबाड़ी ते किसान भलाई विभाग वालों जिहड़ी है एक मुहिम जागरूकता मुहिम चलाई गई है जी, जिहदे रिगार्डिंग ये है कि जिहड़े किसानां नूं है ते जिम्मेदारां नूं है पराली नूं अग ना लाउण दे संबंधी जिहड़े उहदे जदों पराली नूं आपां अग लाउने उहदा नुकसान हुंदा उहदे नुकसानां बारे जागरूक किया जा रहा है ते उहदे दे नाल नाल जिहड़ी अपने कोल अल्टरनेट ने पराली दे जिवें बेलर मशीनां ने या होर मशीनां ने सरफेस हीटर मशीनां ने सुपर सीटर मशीनां ने उहदे रिगार्डिंग भी जिहड़ी इहनूं अवेयर किया जा रहा है तां जो कि सोसाइटियां कोल जिहड़े हैगे ने संद हैगे ने उहनां दा ਉਹਨਾਂ ਨੂੰ ਲੈ ਕੇ ਉਹਦਾ ਲਾਹਾ ਲਿਆ ਜਾ ਸਕੇ ਤੇ ਪਰਾਲੀ ਨੂੰ ਘੱਟ ਤੋਂ ਘੱਟ ਅਗਲਾਈ ਜਾ ਸਕੇ। ਸਰ ਇਹਨੇ ਕਿੱਥੇ ਕਿਤੇ ਜਾਣਾ, ਕਿਹੜੇ ਕਿਹੜੇ ਪਿੰਡ ਜਾਣਾ ਤੇ ਕੀ ਹੈ ਇਹ? ਐਕਚੁਅਲੀ ਜਿਹੜਾ ਇਹ ਅਵੇਅਰਨੈਸ ਵੈਨ ਹੈ ਇਹ ਪਹਿਲਾਂ ਵੀ 20 ਤੋਂ 25 ਪਿੰਡ ਜਿਹੜੇ ਉਹ ਕਵਰ ਕਰ ਚੁੱਕੇ ਆ ਤੇ ਹੁਣ ਵੀ 2 ਦਿਨ ਜਿਹੜੀ ਹੈ ਲਗਾਤਾਰ ਇਹ ਫੀਲਡ 'ਚ ਰਹੂਗੀ ਉਹ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਪਰਾਲੀ ਦਾ ਜ਼ਿਆਦਾ ਹੈਗਾ ਜਿੱਥੇ ਸਾਨੂੰ ਲੱਗਦਾ ਕਿ ਪ੍ਰੋਨ ਏਰੀਆਜ਼ ਨੇ ਉੱਥੇ ਪਰਾਲੀ ਨੂੰ ਅੱਗ ਲੱਗ ਸਕਦੀ ਹੈ ਉਹ 20 ਤੋਂ 25 ਪਿੰਡ ਅੱਜ ਕਵਰ ਕਰਨਗੇ ਤੇ 20 ਤੋਂ 25 ਪਿੰਡ ਹੈ ਜਿਹੜਾ ਪੱਕਾ ਨੂੰ ਕਵਰ ਕਰਨਗੇ। ਤੇ ਜਿਹੜੇ ਬੰਦਾ ਪਰਾਲੀ ਨੂੰ ਅੱਗ ਲਾਉਂਦਾ ਕੀ ਉਹ 'ਤੇ ਕੋਈ ਕਾਰਵਾਈ ਵੀ ਕੀਤੀ ਜਾਏਗੀ? ਜੀ ਇਹ 'ਚ ਪੰਜਾਬ ਸਰਕਾਰ ਦੀ ਹਦਾਇਤਾਂ ਨੇ ਜੀ, ਉਹਦੇ ਰਿਗਾਰਡਿੰਗ ਇੱਕ ਤਾਂ ਚਲਾਨ ਦਾ ਹੈਗਾ ਜੋ ਚਲਾਨ 1500 ਤੋਂ ਲੈ ਕੇ 2500 ਰੁਪਏ ਜਿਹੜਾ ਚਲਾਨ ਹੈ ਉਹ ਚਲਾਨ ਕੱਟਿਆ ਜਾਂਦਾ। ਉਸ ਤੋਂ ਇਲਾਵਾ ਜਿਹੜੀ ਉਹਦੀ ਜਮ੍ਹਾਂਬੰਦੀ ਉਹਦੇ 'ਚ ਰੈਡ ਐਂਟਰੀ ਪੈਂਦੀ ਹੈ ਅਤੇ ਜੇ ਕੋਈ ਨੰਬਰਦਾਰ ਜਾਂ ਕੋਈ ਸਰਕਾਰੀ ਕਰਮਚਾਰੀ ਹੈ ਤਾਂ ਉਹਦੇ ਵਿਭਾਗੀ ਕਾਰਵਾਈ ਹੈ ਪਲੱਸ ਜਿਹੜਾ ਉਹਦੇ ਹੋਰ ਅਸਲੇ ਦਾ ਲਾਇਸੈਂਸ ਹੈ ਜਿਹੜਾ ਉਹਦੇ ਵਿੱਚ ਵੀ ਉਹਦੇ ਐਡਵਰਸਰ ਮਾਰਕ ਦਿੱਤਾ ਜਾਊਗਾ। ਅਤੇ ਕੀ ਅਪੀਲ ਕਰਨਾ ਚਾਹੋਗੇ ਕਿਸਾਨਾਂ? ਅਪੀਲ ਇਹੀ ਹੈ ਜੀ ਕਿ ਜਿਹੜਾ ਵਾਤਾਵਰਨ ਹੈ ਇਹੀ ਸਾਡਾ ਘਰ ਹੈ, ਇੱਥੇ ਅਸੀਂ ਰੋਜ਼ ਇੱਥੇ ਸਾਹ ਲੈਣਾ ਹੈ, ਇੱਥੇ ਹੀ ਅਸੀਂ ਆਪਣੇ ਡੇ ਟੂ ਡੇ ਐਕਟੀਵਿਟੀਜ਼ ਕਰਨੀਆਂ ਨੇ, ਇਹਨੂੰ ਆਪਣਾ ਸਮਝ ਕੇ ਆਪਣੇ ਘਰ ਵਾਂਗੂ ਆਪਾਂ ਇਹਨੂੰ ਸਾਫ਼ ਰੱਖੀਏ ਅਤੇ ਜਿੰਨਾ ਯੋਗਦਾਨ ਅਸੀਂ ਇਨਵਾਇਰਮੈਂਟ ਨੂੰ ਸਾਫ਼ ਰੱਖਣ ਦੇ ਵਿੱਚ ਕਰਾਂਗੇ ਉਨੀ ਸਾਰੀ ਆਉਣ ਵਾਲੀ ਜਿਹੜੀ ਜਨਰੇਸ਼ਨ ਨੇ ਸਾਨੂੰ ਯਾਦ ਰੱਖਣਗੇ।